ਕਿਵੇਂ ਯੂਟਿਊਬ ਫੈਮਿਲੀ, ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣਾ ਧਿਆਨ ਰੱਖ ਰਹੇ ਹੋਵੋਗੇ। ਤੁਸੀਂ ਸੋਚ ਰਹੇ ਹੋਵੋਗੇ ਮੈਂ ਇੰਨੀ ਤਿਆਰ ਕਿਉਂ, ਬਿਕੋਜ਼ ਮੈਨੂੰ ਲੱਗ ਰਿਹਾ ਕਿ ਵਿਆਹ ਵਾਲਾ ਗਾਣਾ ਹੈ ਜਿਹਦੇ ਉੱਤੇ ਆਪਾਂ ਅੱਜ ਰਿਐਕਸ਼ਨ ਕਰਨਾ ਹੈ। ਕੋਕ ਸਟੂਡੀਓ ਪਾਕਿਸਤਾਨ ਸੀਜ਼ਨ 15 ਦਾ ਤੀਜਾ ਗਾਣਾ ਲਾਂਚ ਹੋ ਗਿਆ ਹੈ, ਤੀਜਾ ਗਾਣਾ ਆ ਗਿਆ ਹੈ। ਉਹਦੇ ਟ੍ਰੇਲਰ ਦੇ ਉੱਤੇ, ਉਹਦੇ ਟੀਜ਼ਰ ਦੇ ਉੱਤੇ ਆਪਾਂ ਰਿਐਕਟ ਕੀਤਾ ਸੀ। ਮੈਨੂੰ ਇੰਨਾ ਇੰਤਜ਼ਾਰ ਸੀ, ਕੱਲ੍ਹ ਮੈਂ ਨਾ ਸਾਰਾ ਦਿਨ ਸੋਚਦੀ ਰਹੀ, ਮੈਂ ਕਿਹਾ ਅੱਜ 28 ਤਰੀਕ ਹੈ, ਅੱਜ ਗਾਣਾ ਰਿਲੀਜ਼ ਕਿਉਂ ਨਹੀਂ ਹੋ ਰਿਹਾ ਹਜੇ। ਮੇਰਾ ਟਾਈਮ ਨਿਊਜ਼ੀਲੈਂਡ ਦੇ ਵਿੱਚ ਤੁਹਾਡੇ ਤੋਂ 7.5 ਘੰਟੇ ਅੱਗੇ ਹੈ। ਸੋ ਮੈਂ ਕਿਹਾ ਹੋ ਸਕਦਾ ਰਾਤ ਨੂੰ ਰਿਲੀਜ਼ ਹੋ ਜਾਵੇ, ਹੋ ਸਕਦਾ ਹੈ ਜਦੋਂ ਮਾਰਨਿੰਗ ਹੋਵੇ ਪਾਕਿਸਤਾਨ ਦੀ ਉਦੋਂ ਰਿਲੀਜ਼ ਹੋ ਜਾਵੇ, ਬਟ ਹੋ ਹੀ ਨਹੀਂ ਰਿਹਾ ਸੀ। ਸੋ ਇਟ ਹੈਜ਼ ਰਿਲੀਜ਼ 6 hours ਅਗੋ, ਅਪਰੋਕਸੀਮੇਟਲੀ 4 o'clock ਇਨ ਦਾ ਮਾਰਨਿੰਗ ਸਾਡੇ ਟਾਈਮ ਤੇ ਜਦੋਂ ਆਹ ਗਾਣਾ ਰਿਲੀਜ਼ ਹੋਇਆ। ਐਨੀ ਵਿਚ ਵੇਜ਼, ਮਗਰੋਂ ਲਾਹ ਨੂੰ ਵੇਖਦੇ ਹਾਂ ਕੋਕ ਸਟੂਡੀਓ ਪਾਕਿਸਤਾਨ ਸੀਜ਼ਨ 15 ਦਾ। ਸਾਬਰੀ ਸਿਸਟਰਸ ਐਂਡ ਰੋਜ਼ੀਓ ਆਰ ਦਾ ਸਿੰਗਰਸ ਹੀਅਰ। ਸੋ ਇਹਨਾਂ ਨੂੰ ਸੁਣਦੇ ਹਾਂ ਆਪਾਂ। ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਇੱਦਾਂ ਹੀ ਆਪਾਂ ਸਾਰੇ ਗਾਣੇ ਕਵਰ ਕਰਦੇ ਰਵਾਂਗੇ। ਫਟਾਫਟ ਇਸ ਗਾਣੇ ਨੂੰ ਸੁਣਦੇ ਹਾਂ ਹੁਣ। ਕੁਕ ਸਟੂਡੀਓ ਸੀਜ਼ਨ 15 ਕਮਾਲ ਦਾ ਸੀਜ਼ਨ ਹੈ। ਆ ਸੀ ਓਕੇ ਮਿਊਜ਼ਿਕ ਡਿਫਰੈਂਸ। ਸੁਰਮਾ ਲਾ ਕੇ ਬੈਠ, ਗਜਰਾ ਪਾ ਕੇ ਬੈਠ, ਦੁਖੜੇ ਪਹਿਲੇ ਆਲੇ ਮਗਰੋਂ ਲਾ ਕੇ ਬੈਠੀ, ਨਿਮੁਕੜਾ ਹੁੰਦਾ ਮੇਰਾ ਮੈਂ ਨਜ਼ਰਾਂ ਲਾ ਕੇ ਬੈਠੀ, ਮੈਂ ਕੌੜਾ ਬੋਲ ਨਾ ਬੋਲਾ ਮੈਂ ਮਿੱਠਾ ਕਰ ਪੰਜਾਬੀ। ਸੁਰਮਾ ਲਾ ਕੇ ਬੈਠੀ, ਵਾਓ, ਗਜਰਾ ਪਾ ਕੇ ਬੈਠੀ, ਦੁਖੜੇ ਛੱਡਤੇ ਪਿਛਲੇ ਵਾਲੇ, ਕਿਆ ਬਾਤ ਹੈ। ਸੁਰਮਾ ਜੀ ਅੱਖਾਂ ਤੇ ਹੱਥਾਂ ਚ ਮਹਿੰਦੀ, ਦੁਖੜੇ ਤੇ ਟੋਏ ਵੇਖ ਦਿਲ ਮੇਰਾ ਸੈਂਟੀ, ਅੱਜ ਕਿਤੇ ਵਾਲ ਸ਼ਾਲ ਸੈੱਟ ਮੈਂ, ਅੱਜ ਮੁੰਡਾ ਚਿਕਨਾ ਤੇ ਟੈਂਡੀ, ਨਵ ਅੱਗਰਾਂ ਤੇ ਮੱਕਰਾਂ ਨੂੰ ਛੱਡ ਕੇ ਗੱਡ ਗੱਡ ਹਿੱਲ ਰਹੇ ਹੋ ਚਾਚ ਮੈਂ ਕਿ ਵੱਧ ਕੇ, ਜਿੱਥੇ ਸੋਹਣਾ ਦਿਲ ਬੋਲੇ ਚਲੇ ਜੀ ਉਹ ਖਿਚਲਾਵਾਂ ਨਾਲ ਮੈਂ ਟੈਚੀ, ਬਾਜਿਆਂ ਦੀ ਮਿੱਠੀ ਮਿੱਠੀ ਗੱਲਾਂ ਆਈ ਲਾਈਕ ਇਟ, ਹਾਰਟ ਆਫ ਮਸੀਵ ਜਿਵੇਂ ਚੂੜੀਆਂ ਕਲਾਈ ਤੇ, ਸੁਣਿਆ ਜੀ ਮੁੰਡਾ ਨਿਕਾ ਤੁਹਾਡਾ ਟੰਗਾ, ਚੰਗਾ ਫਿਰ ਲੁੱਡੀ ਛੁੱਡੀ ਪਾਈਏ, ਚੈੱਕ ਕਰੋ ਦਿਲ ਵਾਲੇ ਆ ਰਹੇ ਨੇ ਧੱਕ ਧੱਕ ਸੱਜ ਕੇ, ਅੱਖੀਆਂ ਮਿਲਾਉਂਦੇ ਨੇ ਦਾਂਬਾ ਨੀ ਤੱਕ ਰਹੇ, ਗੱਲ ਦੀ ਮੈਂ ਛੱਡ ਦਿੱਤੀ ਗੱਲ ਤੇ ਬਕਾਇਆ ਉਹ ਜੀ ਜਾਣ ਦੇ ਤਾਂ ਹੱਸ ਕੇ, ਕਿਆ ਬਾਤ ਹੈ, ਵਾਓ, ਫਲੂਟ ਨਜ਼ਰ ਤੇਰੀ ਸਜਾ ਦੂੰ, ਜਲਵੋ ਪੇ ਤੇਰੇ ਮੈਂ ਲੁਟਾਂ, ਕਸਮ ਤੇਰੀ ਫਿਦਾ ਹੂੰ, ਯੇ ਮਹਿਫਿਲ ਤੇਰੇ ਨਾਮ ਤੂੰ ਬੋਲੇ ਤੇਰੇ ਲਈ ਸਭ ਖੋਣ ਚਾਹ ਦੂੰ,
ਲਾ ਕੇ ਸਭ ਨਖਰੇ ਜਾਂਦੇ ਜਿੱਥੇ ਲੈ ਚੱਲੇ ਰਾਤ ਅੱਜ ਮਗਰੋਂ ਲਾ ਵਿਆਹ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਗਾਣਾ ਬਣਾਇਆ ਮਗਰੋਂ ਲਾ ਬਿਊਟੀਫੁਲ ਇੱਕ ਵਾਰੀ ਹੋਰ ਸੁਣਨਾ ਬਣਦਾ ਹੈ ਆਈ ਰੀਲੀ ਵਾਂਟ ਟੂ ਸੇ ਇਟ ਅਗੇਨ ਮਗਰੋਂ ਲਾ ਮਤਲਬ ਫਿਕਰਾਂ ਨੂੰ ਮਗਰੋਂ ਲਾ ਰਾਈਟ ਹੈ ਨਾ ਕੋਈ ਮੈਨੂੰ ਫਿਕਰ ਨਹੀਂ ਹੈਗੀ ਕੋਈ ਮੈਨੂੰ ਮਤਲਬ ਮੈਂ ਤਾਂ ਨੱਚ ਰਹੀ ਹਾਂ ਇਟਸ ਦੈਟ ਮਾਹੌਲ ਹੈ ਨਾ ਸੋ ਇਹਨੇ ਇੱਕ ਵਾਰੀ ਹੋਰ ਸੁਣਦੇ ਹਾਂ ਕੁੱਕ ਸਟੂਡੀਓ ਸੀਜ਼ਨ 15 ਹਜ਼ਮ ਵੀ ਕਰਨਾ ਨਾ ਗਾਣਾ ਕਿਆ ਬਾਤ ਹੈ ਟੋਕਰੀ ਫੁੱਲਾਂ ਵਾਲੀ ਵਾਓ ਸਵਾਗਤ ਮਗਰੋਂ ਲਾ ਬਹੁਤ ਸੋਹਣਾ ਮਿਊਜ਼ਿਕ ਹੈ ਸੁਰਮਾ ਲਾ ਕੇ ਬੈਠੀ ਗਜਰਾ ਪਾ ਕੇ ਬੈਠੀ ਦੁਖੜੇ ਪਹਿਲੇ ਆਲੇ ਮਗਰੋਂ ਲਾ ਕੇ ਵੈਰੀ ਨਾਈਸ ਨਿਮੁਕੜਾ ਹੁੰਦਾ ਮੇਰਾ ਮੈਂ ਨਜ਼ਰਾਂ ਲਾ ਕੇ ਬੈਠੀ ਮੈਂ ਕੌੜਾ ਬੋਲ ਨਾ ਬੋਲਾਂ ਮੈਂ ਮਿੱਠਾ ਖਾ ਕੇ ਵਾਓ ਮਿੱਠਾ ਖਾ ਕੇ ਬੈਠੀ ਮਗਰੋਂ ਲਾ ਕੇ ਬੈਠੀ ਦੈਟਸ ਦਾ ਥੀਮ ਕੋਈ ਫਿਕਰ ਨਹੀਂ ਹੈ ਕੋਈ ਕੁਛ ਨਹੀਂ ਹੈ ਵਾਓ ਸੁਰਮਾ ਜੇ ਅੱਖਾਂ ਤੇ ਹੱਥਾਂ ਚ ਮਹਿੰਦੀ ਮੁਖੜੇ ਤੇ ਟੋਏ ਵੇਖ ਦਿਲ ਮੇਰਾ ਸੈਂਟੀ ਅੱਜ ਕਿਤੇ ਵਾਲ ਸ਼ਾਲ ਸੈੱਟ ਮੈਂ ਅੱਜ ਮੁੰਡਾ ਚਿਕਨਾ ਤੇ ਟੈਂਡੀ ਵਾਓ ਨਵਾਂ ਅੱਗਰਾਂ ਤੇ ਮੱਕਰਾਂ ਨੂੰ ਛੱਡ ਕੇ ਗੱਟ ਗੱਟ ਹਿੱਲ ਰਹੇ ਹੋ ਚਾਚ ਮੈਂ ਕਿ ਵੱਧ ਕੇ ਜਿੱਥੇ ਸੋਹਣਾ ਦਿਲ ਬੋਲੇ ਚਲੇ ਜੀ ਉਹ ਖਿਚਲਾਵਾਂ ਨਾਲ ਮੈਂ ਟੈਚੀ ਬਾਜਿਆਂ ਦੀ ਮਿੱਠੀ ਮਿੱਠੀ ਗੱਲਾਂ ਆਈ ਲਾਈਕ ਇਟ ਹਾਰਟ ਆਫ ਮਾਈ ਸਲੀਵ ਜਿਵੇਂ ਚੂੜੀਆਂ ਕਲਾਈ ਤੇ ਸੁਣਿਆ ਜੀ ਮੁੰਡਾ ਨਿਕਾ ਤੁਹਾਡਾ ਟੰਗਾ ਚੰਗਾ ਫਿਰ ਤੂੰ ਲੁੱਡੀ ਛੁੱਡੀ ਪਾਈਏ ਲੁੱਡੀ ਛੁੱਡੀ ਯਾਰ ਨੇ ਤੱਕ ਤੱਕ ਸੱਜ ਕੇ ਅੱਖੀਆਂ ਮਿਲਾਉਂਦੇ ਨੇ ਦਾਂਬਾ ਨਹੀਂ ਤੱਕਦੇ ਕੱਲ ਦੀ ਮੈਂ ਛੱਡ ਦਿੱਤੀ ਕੱਲ ਤੇ ਬਕਾਇਆ ਉਹ ਜੀ ਜਾਣ ਦੇ ਤਾਂ ਹੱਸ ਕੇ Beautiful ਥੋੜੇ ਪੈਰ ਜਿੱਤ ਕੇ ਫਿਕਰਾਂ ਸਾਰੀ ਲੈ ਦੇ
ਆ ਜਿਹੜਾ ਫਲੂਟ ਬਿਊਟੀਫੁਲ ਐਲੀਮੈਂਟ ਬਿਊਟੀਫੁਲ ਲਾੜਾ ਤੇ ਲਾੜੀ ਹੱਥ ਦੇ ਵਿੱਚ ਓ ਵਾਓ ਨਾਈਸ ਨਜ਼ਰ ਤੇਰੀ ਸਜਾ ਦੂ ਜਲਵੋ ਪੇ ਤੇਰੇ ਮੈਂ ਲੁਟਾਂ ਕਸਮ ਤੇਰੀ ਫਿਦਾ ਹੂੰ ਵਾਓ ਯੇ ਮਹਿਫਿਲ ਤੇਰੇ ਨਾਮ ਤੂੰ ਬੋਲੇ ਤੇਰੇ ਲਈ ਸਭ ਖੋਣ ਜਾਦੂ ਏ ਬੁਲਾ ਕੇ ਸਦ ਨਸਰੇ ਜਾਂਦੇ ਜਿੱਥੇ ਲੈ ਚੱਲੇ ਰਾਤ ਜ ਮਗਰੋਂ ਲਾ ਮਗਰੋਂ ਲਾ ਬਹੁਤ ਸੋਹਣਾ ਆ ਹਵੀ ਬਹੁਤ ਵਧੀਆ ਵੈਰੀ ਨਾਈਸ ਨੱਚੀ ਜਾਵਾਂ ਦੁਨੀਆ ਵੇਖੇ ਮੈਂ ਤਾਂ ਨੱਚੀ ਜਾਵਾਂ ਵਾਓ ਕਿਆ ਬਾਤ ਹੈ ਬਿਊਟੀਫੁਲ It's a celebration. Beautiful. Kya banaya Coke Studio? Beautiful. Coke Studio Pakistan. Amazing. I just loved it. Edi jehdi ek description vich line likhi hai na, oh likhi hai, main kauda bolna bolna, main mittha kha ke baithi. Te mainu koi fikr nahi hagi. Matlab meri jehdi fikran hai na, ohnu main magaron la ke baithi. Beautiful. Main kajra la ke baithi. Te main, you know, gajra vi laya hoya hai. Te main fully ready ha. ਤੇ ਮੈਨੂੰ ਪਿੱਛੇ ਦੀ ਕੋਈ ਫਿਕਰ ਨਹੀਂ ਹੈਗੀ ਤੇ ਮੈਂ ਯੂ ਨੋ ਸਾਰੀ ਫਿਕਰਾਂ ਨੂੰ ਮਗਰੋਂ ਲਾ ਕੇ ਬੈਠੀ ਸੋ ਇਟਸ ਨਾਟ ਅਬਾਊਟ ਕਿਸੇ ਨੂੰ ਮਗਰੋਂ ਲਾਣਾ ਇਟਸ ਅਬਾਊਟ ਆਪਣੀਆਂ ਫਿਕਰਾਂ ਨੂੰ ਮਗਰੋਂ ਲਾਣਾ ਤੇ ਬਸ ਨੱਚੀ ਜਾਣਾ ਤੇ ਬਸ ਨੱਚੀ ਜਾਣਾ ਸੋ ਇਟਸ ਅ ਬਿਊਟੀਫੁਲ ਸੌਂਗ ਕਿੰਨਾ ਸੋਹਣਾ ਜਦੋਂ ਬੂਆ ਖੋਲਦਾ ਹੈ ਨਾ ਡੋਰ ਖੋਲਦਾ ਹੈ ਉਸ ਘਰ ਦਾ ਜਿੱਥੇ ਯੂ ਨੋ ਵਿਆਹ ਧਰਿਆ ਹੋਇਆ ਉੱਥੇ ਮਤਲਬ ਫੁੱਲਾਂ ਵਾਲੀ ਟੋਕਰੀ ਸਾਹਮਣੇ ਹੁੰਦੀ ਹੈ ਕਿਸੇ ਨੇ ਫੜੀ ਹੁੰਦੀ ਹੈ ਉਸ ਤੋਂ ਬਾਅਦ ਉਹ ਸੀਨ ਹੈ ਜਿੱਥੇ ਉਹ ਯੂ ਨੋ ਇੱਕ ਲੇਡੀ ਬੈਠੀ ਹੋਈ ਹੈ ਜਿਹੜਾ ਟੀਜ਼ਰ ਯੂ ਨੋ ਉਹਨਾਂ ਨੇ ਪ੍ਰੋਡਿਊਸ ਕੀਤਾ ਹੈ ਉਹਦੇ ਵਿੱਚ ਫੁੱਲਾਂ ਵਾਲੀ ਟੋਕਰੀ 'ਚ ਲਿਖਿਆ ਮਗਰੋਂ ਲਾ ਤੇ ਉਹ ਮਤਲਬ ਟੋਕਰੀ ਲੈ ਕੇ ਜਾ ਰਹੀ ਹੁੰਦੀ ਹੈ ਸੋ ਉਸ ਤੋਂ ਬਾਅਦ ਯੂ ਨੋ ਲਾਈਕ ਦੇ ਸ਼ੋ ਪੀਪਲ ਕਿੰਨੇ ਸਾਰੇ ਲੋਕ ਯੂ ਨੋ ਤਿਆਰ ਹੋ ਰਹੇ ਨੇ ਐਂਡ ਕੁੜੀ ਵੀ ਤਿਆਰ ਹੋ ਰਹੀ ਹੈ ਐਂਡ ਉਹਦੇ ਹੱਥਾਂ ਤੇ ਜਿਵੇਂ ਮਹਿੰਦੀ ਲੱਗੀ ਹੋਈ ਹੈ ਸੋ ਜਿਵੇਂ ਸਾਬਰੀ ਸਿਸਟਰਸ ਨੇ ਇਹਨੂੰ ਗਾਇਆ ਹੈ ਇਟਸ ਬਿਊਟੀਫੁਲ ਯੂ ਨੋ ਜਿਵੇਂ ਉਹਨਾਂ ਨੂੰ ਯੂ ਨੋ ਮਿਡਲ ਦੇ ਵਿੱਚ ਬਿਠਾ ਕੇ ਸ਼ੀ ਇਜ਼ ਸਿੰਗਿੰਗ ਇਟਸ ਔਸਮ ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ ਇਟ ਇਜ਼ ਸੋ ਨਾਈਸ ਤੇ ਕਿੰਨਾ ਇਸ ਥੀਮ ਦੇ ਵਿੱਚ ਸੂਟ ਕਰ ਰਿਹਾ ਆ ਸਾਰੇ ਵਰਡਿੰਗਸ ਅਫਕੋਰਸ ਆਪਾਂ ਲਿਰਿਕਸ ਦੀ ਇੱਕ ਅਲੱਗ ਵੀਡੀਓ ਬਣਾਵਾਂਗੇ ਬਿਕੋਜ਼ ਲਿਰਿਕਸ ਨੂੰ ਆਪਾਂ ਇੱਥੇ ਡਿਸਕਸ ਨਹੀਂ ਕਰਾਂਗੇ ਦੋ ਵਾਰੀ ਆਪਾਂ ਆਹ ਗਾਣਾ ਸੁਣ ਚੁੱਕੇ ਹਾਂ ਇਟ ਇਜ਼ ਸੋ ਸੋ ਗੁੱਡ ਐਂਡ ਕੋਈ ਕੰਪੈਰੀਜ਼ਨ ਨਹੀਂ ਹੈ ਕੋਕ ਸਟੂਡੀਓ ਪਾਕਿਸਤਾਨ ਦਾ ਕਿਸੇ ਵੀ ਚੀਜ਼ ਦੇ ਨਾਲ ਹਰ ਸੀਜ਼ਨ ਦੇ ਵਿੱਚ ਯੂ ਨੋ ਨਿਖਰ ਨਿਖਰ ਕੇ ਆ ਰਹੀਆਂ ਚੀਜ਼ਾਂ ਐਂਡ ਰੋਜ਼ਿਓ ਨੇ ਜਿਹੜਾ ਯੂ ਨੋ ਰੈਪ ਗਾਇਆ ਪੰਜਾਬੀ ਦੇ ਵਿੱਚ ਰੈਪ ਗਾਇਆ ਉਹਨਾਂ ਨੇ
ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਉਰਦੂ 'ਚ ਵੀ ਥੋੜ੍ਹਾ ਬਹੁਤ ਗਾਇਆ, ਬਟ ਇਟ ਵਾਸ ਬਿਊਟੀਫੁਲ, ਲਾਈਕ ਉਹਨਾਂ ਦੀ ਲਾਈਨਸ, ਵੀ ਵਿਲ ਡਿਸਕਸ ਦੈਮ ਡਿਊਰਿੰਗ ਦ ਲਿਰਿਕਸ। ਗਾਣਾ ਇਜ਼ ਅ ਮਸਤ ਵਾਲਾ ਗਾਣਾ ਤੇ ਮਸਤੀਆਂ ਵਾਲਾ ਗਾਣਾ ਹੈ। ਕਿੰਨਾ ਵਧੀਆ ਐਲੀਮੈਂਟ ਦਿਖਾਇਆ ਡਾਂਸ ਦਾ, ਯੂ ਨੋ, ਉਹ ਵਿਆਹ ਵਾਲਾ ਘਰ ਹੈ, ਉਹਦੇ ਵਿੱਚ ਕਿਸੇ ਨੂੰ ਕੋਈ ਫਿਕਰ ਨਹੀਂ ਹੈ, ਸਾਰੇ ਤਿਆਰ ਹੋ ਰਹੇ ਹੈ, ਸਾਰੇ ਯੂ ਨੋ ਮਸਤ ਨੇ, ਤੇ ਸਪੈਸ਼ਲੀ ਕੁੜੀ ਦੇ ਵੱਲ ਦਾ ਇਹ ਗਾਣਾ ਹੈ। ਉਹ ਕਹਿੰਦੀ ਵੀ ਮੈਨੂੰ ਕੋਈ ਫਿਕਰ ਨਹੀਂ ਹੈਗੀ ਕਿਸੇ ਵੀ ਚੀਜ਼ ਦੀ, ਕੁਛ ਨਹੀਂ ਹੈਗਾ ਮੈਨੂੰ, ਬਸ ਮੈਂ ਨਾ ਸਾਰੀਆਂ ਫਿਕਰਾਂ ਮਗਰੋਂ ਲਾ ਕੇ ਬੈਠੀ। ਸੋ ਦੈਟ ਇਜ਼ ਦ ਲਾਈਨ, ਮਗਰੋਂ ਲਾ। ਸੋ ਆਪਾਂ ਸੋਚ ਰਹੇ ਸੀਗੇ ਕਿ ਇਹ ਵਿਆਹ ਦੀ ਥੀਮ ਹੈ, ਇਹਦੇ ਵਿੱਚ ਲੋਕ ਕਹਿ ਰਹੇ ਹੋਣੇ ਆ ਕਿ ਮਗਰੋਂ ਲਾਓ ਇਹਨੂੰ, ਹੈ ਨਾ, ਇਹਦਾ ਵਿਆਹ ਕਰੋ ਇਹਨੂੰ ਮਗਰੋਂ ਲਾਓ ਕਹਿ ਦਿੰਦੇ ਆ ਨਾ, ਤੇ ਮਜ਼ਾਕ ਦੇ ਵਿੱਚ ਕਹਿ ਦਿੰਦੇ ਆ, ਬਟ ਦਿਲ ਨੂੰ ਲੈਣ ਵਾਲੀ ਗੱਲ ਨਹੀਂ ਹੈ। ਬਟ ਕੁੜੀ ਇੱਥੇ ਕਹਿ ਰਹੀ ਹੈ ਕਿ ਮੈਂ ਹਰ ਚੀਜ਼ ਨੂੰ ਨਾ, ਹਰ ਇੱਕ ਟੈਨਸ਼ਨ ਨੂੰ, ਹਰ ਇੱਕ ਫਿਕਰ ਨੂੰ ਨਾ ਮੈਂ ਮਗਰੋਂ ਲਾ ਕੇ ਬੈਠੀ ਹਾਂ, ਔਰ ਮੈਂ ਨੱਚ ਰਹੀ ਹਾਂ, ਮੈਂ ਗਾ ਰਹੀ ਹਾਂ, ਮੈਂ ਤਿਆਰ ਹੋ ਰਹੀ ਹਾਂ, ਮੈਂ ਮਹਿੰਦੀ ਲਵਾ ਰਹੀ ਹਾਂ, ਤੇ ਮਤਲਬ ਮੈਨੂੰ ਜਦੋਂ ਸਾਰੇ ਲੋਕ ਦੇਖ ਰਹੇ ਨੇ ਮੇਰੇ ਦਿਲ 'ਚ ਕੋਈ ਵੀ ਫਿਕਰ ਨਹੀਂ ਹੈਗੀ, ਆਈ ਐਮ ਸੋ ਹੈਪੀ, ਯੂ ਨੋ, ਆਈ ਐਮ ਸੋ ਹੈਪੀ ਅਬਾਊਟ ਇਟ। ਬਟ ਦ ਸੌਂਗ ਇਜ਼ ਅਮੇਜ਼ਿੰਗ, ਆਈ ਲਵਡ ਇਟ। ਇਹਦੀ ਹਰ ਇੱਕ ਚੀਜ਼, ਜਿਵੇਂ ਜਿਹੜਾ ਫਲੂਟ ਵਜਾਇਆ ਗਿਆ ਹੈ, ਬਿਊਟੀਫੁਲ। ਆਈ ਡੋਂਟ ਨੋ ਤੁਸੀਂ ਕਿਵੇਂ ਸੋਚਦੇ ਹੋ, ਤੁਸੀਂ ਇਹ ਕੋਨਸੈਪਟ ਕਿਵੇਂ ਸੋਚਦੇ ਹੋ, ਉਹ ਮਾਹੌਲ ਤਾਂ ਤੁਸੀਂ ਬਣਾਉਂਦੇ ਹੋ, ਮਤਲਬ ਇੰਨੀ ਮਿਹਨਤ ਦੇ ਨਾਲ, ਹੈ ਨਾ, ਕੋਕ ਸਟੂਡੀਓ ਪਾਕਿਸਤਾਨ, ਹੈਟਸ ਆਫ ਟੂ ਯੂ। ਤੁਸੀਂ ਫੁੱਲਾਂ ਦੇ ਨਾਲ ਇਸ ਗਾਣੇ ਨੂੰ, ਯੂ ਨੋ, ਮਹਿਕਾਤਾ ਓਨੈਸਟਲੀ, ਤੇ ਫੁੱਲ ਕਿੰਨੇ ਨਾਜ਼ੁਕ ਹੁੰਦੇ ਨਾ, ਉਹਨਾਂ ਨੂੰ ਤੁਸੀਂ ਇੰਨੀ, ਯੂ ਨੋ, ਸੋਹਣੀ ਜਗ੍ਹਾ ਤੇ ਯੂਜ਼ ਕੀਤਾ ਹੈ। ਫੁੱਲ ਇੱਕ ਇਹੋ ਜਿਹਾ ਐਲੀਮੈਂਟ ਹੁੰਦੇ ਆ ਜਿਹੜੇ, ਯੂ ਨੋ, ਠੰਡਕ ਪਾ ਦਿੰਦੇ ਆ ਤੁਹਾਡੇ ਦਿਲ ਦੇ ਵਿੱਚ। ਯੂ ਫੀਲ ਗੁੱਡ ਵੈਨ ਯੂ ਵਾਚ ਦੋਸ ਫਲਾਵਰਸ, ਹੈ ਨਾ, ਤੇ ਮਤਲਬ ਵਿਖਰ ਰਹੇ ਨੇ ਫੁੱਲ ਹਰ ਪਾਸੇ। ਉਹ ਇਹ ਕਹਿ ਰਹੇ ਵੀ ਪਿੱਛੇ ਦੀ ਗੱਲਾਂ ਬਾਰੇ ਹੁਣ ਮੈਨੂੰ ਕੋਈ ਫਿਕਰ ਨਹੀਂ ਹੈਗੀ, ਹਰ ਇੱਕ ਫਿਗਰ ਨੂੰ ਮੈਂ ਮਗਰੋਂ ਲਾਇਆ ਹੋਇਆ, ਹੁਣ ਮੈਂ ਬਸ ਅੱਗੇ ਬਾਰੇ ਸੋਚ ਰਹੀ ਹਾਂ ਕਿ ਮਤਲਬ ਮਸਤੀ ਹੈ, ਡਾਂਸ ਹੈ, ਸਾਰਾ ਕੁਛ ਹੈ। ਸੋ ਲਿਰਿਕਸ ਨੂੰ ਡਿਸਕਸ ਕਰਨ ਵਾਸਤੇ ਆਪਾਂ ਮਤਲਬ ਅਲੱਗ ਵੀਡੀਓ ਬਣਾਵਾਂਗੇ, ਬਿਕਾਜ਼ ਲਿਰਿਕਸ ਨੂੰ ਦੇਖਣਾ ਬਣਦਾ ਹੈ, ਐਂਡ ਮੈਨੂੰ ਇਹ ਗਾਣਾ ਬਹੁਤ ਪਸੰਦ ਹੈ। ਜੇ ਤੁਸੀਂ ਹਜੇ ਤੱਕ ਨਹੀਂ ਵੇਖਿਆ, ਜ਼ਰੂਰ ਵੇਖਣਾ ਜਾ ਕੇ। 474,000 ਵਿਊਜ਼ ਇਹਦੇ ਆਲਰੇਡੀ ਹੋ ਚੁੱਕੇ ਹੈ, 474,000 ਵਿਊਜ਼ ਆਲਰੇਡੀ ਕ੍ਰੋਸਡ, ਇਨਕਰੀਜ਼ਡ ਇਹਦੀ, ਯੂ ਨੋ, ਵਿਊਵਰਸ਼ਿਪ ਹੋ ਰਹੀ ਹੈ, ਐਂਡ ਯੂ ਸ਼ੁੱਡ ਆਲਸੋ ਵਾਚ ਦਿਸ, ਇਟਸ ਸੱਚ ਅ ਗੁੱਡ ਥਰਡ ਸੌਂਗ ਫਰੋਮ ਕੋਕ ਸਟੂਡੀਓ ਪਾਕਿਸਤਾਨ। ਸੋ ਇਹਦੇ ਨਾਲ ਹੀ ਆਪਾਂ ਇਸ ਵੀਡੀਓ ਨੂੰ ਖਤਮ ਕਰਾਂਗੇ, ਬਟ ਇਹਦੇ ਉੱਤੇ ਹੋਰ ਦੋ ਵੀਡੀਓਜ਼ ਆਪਾਂ ਬਣਾਉਣੀਆਂ ਹਜੇ, ਇੱਕ ਬਿਹਾਈਂਡ ਦ ਸੀਨਸ ਤੇ ਇੱਕ, ਯੂ ਨੋ, ਇਹਦੀ ਲਿਰਿਕਸ ਦੇ ਉੱਤੇ ਡਿਸਕਸ਼ਨ। ਸੋ ਮੈਨੂੰ ਇਹ ਗਾਣਾ ਬਹੁਤ ਹੀ ਵਧੀਆ ਲੱਗਿਆ, ਮੇਰਾ ਦਿਲ ਖੁਸ਼ ਹੋ ਗਿਆ ਸੁਣ ਕੇ। ਥੈਂਕ ਯੂ ਕੋਕ ਸਟੂਡੀਓ ਪਾਕਿਸਤਾਨ ਇੱਕ ਹੋਰ ਵਧੀਆ ਮਤਲਬ ਮੈਜਿਕ ਲਿਆਉਣ ਵਾਸਤੇ। ਜੇ ਤੁਹਾਨੂੰ ਮੇਰਾ ਰਿਐਕਸ਼ਨ ਇਸ ਗਾਣੇ ਦੇ ਉੱਤੇ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ। ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਆਪਾਂ ਇਸੇ ਤਰ੍ਹਾਂ ਗਾਣੇ ਕਵਰ ਕਰਦੇ ਰਵਾਂਗੇ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਸਪੋਰਟ ਦਿੰਦੇ ਹੋ, ਇੰਨੇ ਸੋਹਣੇ ਕਮੈਂਟਸ ਕਰਦੇ ਹੋ, ਮੈਨੂੰ ਬਹੁਤ ਵਧੀਆ ਲੱਗਦਾ ਹੈ। ਜਸਟ ਕੀਪ ਡੂਇੰਗ ਦੈਟ ਐਂਡ ਕੀਪ ਸਪੋਰਟਿੰਗ। ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਰਿਐਕਸ਼ਨ ਦੇ ਨਾਲ। ਉਨੀ ਦੇਰ ਤੁਸੀਂ ਆਪਣਾ ਧਿਆਨ ਰੱਖੋ, ਆਪਣੀ ਫੈਮਿਲੀ ਦਾ ਧਿਆਨ ਰੱਖੋ, ਆਪਣੇ ਮੰਮ ਡੈਡ ਦਾ ਬਹੁਤ ਧਿਆਨ ਰੱਖੋ, ਬੜੇ ਖੁਸ਼ ਰਹੋ, ਨੱਚਦੇ ਗਾਉਂਦੇ ਰਹੋ, ਆਪਣੀ ਲਾਈਫ ਨੂੰ ਸੈਲੀਬ੍ਰੇਟ ਕਰਦੇ ਰਹੋ ਹਮੇਸ਼ਾ, ਜਿਵੇਂ ਉਹ ਕੁੜੀ ਨੇ ਕਿਹਾ ਵੀ ਮੈਂ ਤਾਂ ਫਿਕਰਾਂ ਲਾ ਕੇ ਬੈਠੀ। ਸੋ ਮਗਰੋਂ ਲਾ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ, ਓਨੈਸਟਲੀ। ਆਈ ਹੈਵ ਟੂ ਲਿਸਨ ਟੂ ਇਟ ਵਨ ਮੋਰ ਟਾਈਮ ਵੈਨ ਆਈ ਐਮ ਡਨ ਵਿਦ ਦਿਸ ਵੀਡੀਓ, ਬਟ ਦ ਸੌਂਗ ਇਜ਼ ਔਸਮ, ਆਈ ਲਵਡ ਇਟ।